मैं कमिश्नर साहब नूं कहा मां जान दो दुनिया मर चली जाए इन्हें गंद पा के रखता सर अज तुहाडे ते फर्ज नहीं बनता तुसीं इहदी सिफारिश दे सर मेरी बेनती सुनो तुहाडे ना वापरी आ मैं भाजी 8 बजे तो लैके 11 बजे तक कमिश्नर साहब तो मैं सॉरी फील की मेरी वीडियो बना के वायरल करो यार जे मैं कोई गलत हो जा मैं कमिश्नर साहब ने कहता मैं जे मेरे बंदे तो कोई गलती भी होगी तो मैं सॉरी फील करता मैं सवेर तक सॉर्ट आउट करा दू ये बंदा मिसगाइड करी गया SP विशालजीत मिसगाइड करी गया SP विशालजीत नूं मैं सवेरे 4 दरखास्तां दा प्रेस कॉन्फ्रेंस च पुछूं उहनूं कि दस्सो की हल कीता बई जे ते लोकां दे प्लाटां ते कब्जे कराउणे आ ते लोकां नूं मावां भैणां दीआं गालां कढ़ियां जांदियां ते लोकां ते नजायज़ परते दित्ते जांदे रुपये की सुनवाई नहीं मेरे कोल प्रूफ है यार मैं भाई सारी दिहाड़ी हल्के च रहिंदा सानू सौन दो मरन दो इत्थे पै जो इदा ना करो इदा ना करो उठो तुसीं गल दस्सो मैं 8 बजे तो लगे बैठ के गल कर लैणे आपां हजे तक मैं 100 फोन करता इन्हां नूं एक दिवाली फेस्टिवल चल रहा जिदे विच हलवाई बेचारे आपदा वधिया सारा समान बना के मंजे बाहर ला ला के समान बेचदे ठीक है जी आपका समान वेच अहीं नहीं डक सकते यार 2-4 दिन का फंक्शन होता हुण कल दशहरा फंक्शन मनाया किन्ना 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 लोकां दे इकट्ठ होए यार अहीं कहीं डक सकते हैं ये बंदा एदा कोई हरजिंदर सिंह SI जाके उत्थे 10,000 रुपये की डिमांड कर रहा है बरिंदर सिंह हरजिंदर सिंह कुछ भी है ये SHO का गनमैन मैं SP ਦੇ ਧਿਆਨ ਚ ਲਿਆਂਦਾ ਮੈਂ ਕਮਿਸ਼ਨਰ ਸਾਹਿਬ ਦੇ ਧਿਆਨ ਚ ਲਿਆਂਦਾ ਕਹਿੰਦਾ ਜੀ ਉਹਨਾਂ ਦੇ ਘਰ ਪਟਾਕੇ ਮੈਂ ਕਮਿਸ਼ਨਰ ਸਾਹਿਬ ਤੁਸੀਂ ਹੁਣ ਚੱਲ ਪੋ ਲਓ ਤੁਸੀਂ ਮੀਡੀਆ ਵਾਲੇ ਜੇ ਮੈਂ ਤੁਹਾਡੇ ਨਾਲ ਚੱਲਦਾ ਯਾਰ ਗੁੱਜਰਪੁਰਾ ਤੇ ਅਨਗੜ ਜਿਹਦਾ ਮਰਜ਼ੀ ਘਰ ਫੋਲ ਲਓ ਜੇ ਪਟਾਕੇ ਨਾ ਨਿਕਲਣਗੇ ਤੇ ਮੈਨੂੰ ਤਲਬੀਰ ਸਿੰਘ ਨਾਲ ਤੇ ਇਹਨਾਂ ਬੰਦਿਆਂ ਨੂੰ ਕਿਉਂ ਚੁੱਕਿਆ ਗਿਆ ਬਸ ਪੈਸੇ ਨਹੀਂ ਦਿੱਤਾ 10,000 ਰੁਪਏ ਦੇ ਗਨਮੈਨ ਨੂੰ ਔਰ ਇਹਦਾ ਗਨਮੈਨ ਉਸਨਾਂ ਦਾ ਤੁਸੀਂ SP ਸਾਹਿਬ ਦਾ ਫੋਨ ਕਰਾਉਂਦਾ ਹੁੰਦਾ ਤੇ ਪਰਚਾ ਨਾ ਤੇ ਲੱਦ ਕੇ ਗੱਡੀ ਚ ਉਹਨਾਂ ਥਾਣੇ ਲੈ ਆਇਆ ਯਾਰ ਕੀ ਇਹ ਤੇ ਗਨਾਹ ਕੋਈ ਮਿਹਨਤ ਕਰਨੀ ਉਹ ਚਿੱਟਾ ਵੇਚਦਾ ਤੇ ਚਿੱਟਾ ਵੇਚਣ ਵਾਲਾ ਆ ਚੱਲ ਜਾ ਗੁੱਜਰਪੁਰਾ ਲੋਕ ਚੀਕਾਂ ਮਾਰਨਗੇ ਸਿਰ ਮਾਉਂਗਾ ਤੇ ਲੋਕ ਚੀਕਾਂ ਮਾਰਦੇ ਚਿੱਟੇ ਤੋਂ ਭਾਜੀ ਕਿੰਨੇ ਬੰਦੇ ਚੁੱਕੇ ਗਏ ਘਰੋਂ ਜੀ 3 ਬੰਦਿਆਂ ਨੂੰ ਲਾਇਆ ਚੁੱਕੇ ਮੈਂ ਤੇ ਭਾਈ ਮੇਰਾ ਸਿੱਧੀ ਜੀ ਗੱਲ ਆ ਮੈਂ ਇਹੋ ਜੀ ਗੁੰਡਾਗਰਦੀ ਬਰਦਾਸ਼ਤ ਨਾ ਪਹਿਲਾਂ ਕੀਤੀ ਸੀ ਨਾ ਹੁਣ ਕਰਾਂਗਾ ਨਾ ਮੈਂ ਗਾਹ ਕਰਾਂ ਮੇਥੋਂ ਇਹ ਕੰਮ ਨਹੀਂ ਬਰਦਾਸ਼ਤ ਇਹਨਾਂ ਦਾ ਸਮਾਨ ਚੁੱਕਿਆ ਗਿਆ ਘਰ ਦੇ ਵਿੱਚ ਉਹਨਾਂ ਦੇ ਪਤਾ ਨਹੀਂ ਕੀ ਲਿਆ ਕੀ ਨਹੀਂ ਲਿਆ ਇਹਨਾਂ ਨੂੰ ਪਤਾ ਇਹੋ ਜਿਹੜਾ ਸਮਾਨ ਤੇ ਲੋਕਾਂ ਦੇ ਯਾਰ ਘਰਾਂ ਦੇ ਘਰ ਪਏ ਲੋਕਾਂ ਨੇ 4 ਦਿਨ ਦਾ ਸੀਜ਼ਨ ਹੈ ਹਰ ਬੰਦਾ ਪਟਾਕੇ ਵੇਚਦਾ ਕਿਹੜਾ ਬੰਦਾ ਆਪਣੇ ਸ਼ਹਿਰ 'ਚ ਨਹੀਂ ਵੇਚਦਾ ਯਾਰ ਆਪਾਂ ਕਿਸੇ ਨੂੰ ਕਿਰਤ ਕਰਨ ਤੋਂ ਵੀ ਮਨਾ ਕਰ ਦਾਂਗੇ ਹੁਣ ਤਾਂ ਤੁਹਾਡੇ ਵੱਲੋਂ ਪਹਿਲਾਂ ਕਿਹਨਾਂ ਨੂੰ ਫੋਨ ਕੀਤਾ ਗਿਆ ਸੀ ਜਦੋਂ ਤੁਸੀਂ ਥਾਣੇ ਮੈਂ ਇਹਨੂੰ SHO ਨੂੰ ਕੀਤਾ ਫਿਰ ਵਿਸ਼ਾਲ ਜੀ ਦਾ SP ਨੂੰ ਕੀਤਾ ਫਿਰ ਮੈਂ ਕਮਿਸ਼ਨਰ ਸਾਹਿਬ ਨੂੰ 2 ਵਾਰ ਕੀਤਾ ਉਸ ਤੋਂ ਬਾਅਦ ਫਿਰ ਸਾਡੇ ਕੋਲ ਕੋਈ ਚਾਰਾ ਨਹੀਂ ਰਹਿ ਗਿਆ ਫਿਰ ਭਰਾਵਾ ਦੇ ਧਰਨੇ ਤੇ ਬਹਿ ਗਿਆ ਮਾਰ ਦੋ ਫਿਰ ਸਾਡੇ ਬੰਦੇ ਨੂੰ ਤੇ ਅਸੀਂ ਕਹੇ ਜ਼ਰੂਰ ਨਹੀਂ ਥਾਣੇ ਦੇ ਬਾਹਰ ਬੈਠੇ ਜੀ ਤੁਸੀਂ ਸਫਾਈ ਨਾ ਹੋਣ ਤੋਂ ਬਾਅਦ ਥਾਣੇ ਦੇ ਬਾਹਰ ਬੈਠੇ ਹੋ ਫੇਰ ਹੀ ਬੈਠੇ ਆ ਇਹ SHO ਡਿਕਟੇਟਰ SHO ਆ
ਇਹ ਗੈਂਗਸਟਰਾਂ ਨਾਲ ਰਲਿਆ ਤੇ ਪੈਸੇ ਖਾਣ ਵਾਲਾ ਐਸਐਚਓ ਇਹ ਉਹਨਾਂ ਦੀਆਂ ਪਾਰਟੀਆਂ 'ਚ ਨਸਚਣ ਵਾਲਾ ਐਸਐਚਓ ਇਹਦੀ ਨੌ ਨਿਹਾਲ ਸਿੰਘ ਕਮਿਸ਼ਨਰ ਨੇ ਬਦਲੀ ਇੱਧਰ ਕਦੇ ਦੂਰ ਕਰਤੀ ਸੀ ਅੰਬਾਲੇ ਇੱਧਰ ਪਤਾ ਨਹੀਂ ਕਿੱਧਰ ਕਰਤਾ ਸੀ ਇਹਨੂੰ ਆਪਣਾ ਬਠਿੰਡੇ ਬਠਿੰਡੇਲੇ ਇਹ ਸ਼ਬਾਸ਼ਾ ਸ਼ਬੂਸ਼ਾ ਕਰਾ ਕੇ ਬਰਮਾਸ਼ੀ ਕਰਦਾ ਗਿਆ ਗੱਲ ਮੁੱਕਦੀ ਆ ਸਿਰਫ ਇੱਕ ਅਸੀਂ ਵੀ ਸਤਿਕਾਰ ਕਰਦੇ ਹਾਂ ਤੀਰਥ ਦਾ ਵਾਲਮੀਕ ਤੀਰਥ ਦਾ ਬਟ ਇਹ ਉਹਨਾਂ ਇਹ ਲੋਕ ਉਸ ਤੀਰਥ ਦੀ ਆੜ ਲੈ ਕੇ ਆਪਦੀ ਬਦਮਾਸ਼ੀ ਕਰਦੇ ਆ ਬਟ ਨਹੀਂ ਰੱਬ ਨੂੰ ਜਾਣਦੇ ਨੀ ਇਹਨਾਂ ਲੋਕਾਂ ਨੂੰ ਮੈਂ ਕੋਈ ਹਿਸਾਬ ਕਿਤਾਬ ਨੀ ਦੇਣ ਵਾਲਾ ਯਾਰ ਵੇਖੋ ਮੈਂ ਬੰਦੇ ਖੜਨੇ ਆ ਮੇਰੀ ਸਿੱਧੀ ਜੀ ਗੱਲ ਮੈਂ ਬੰਦੇ ਵੀ ਲੈ ਕੇ ਜਾਣੇ ਮੇਰੀ ਵੀ ਮੰਜੀ ਠੁੱਕਣੀ ਕਿਉਂਕਿ ਪੈਸੇ ਮੰਗਦਾ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਇੱਕ ਗੱਲ ਕਹੀ ਆ ਕਿ ਜਿਹੜਾ ਬੰਦਾ ਕਰਪਸ਼ਨ ਕਰਦਾ ਕਾਬੂ ਆ ਗਿਆ ਮੈਂ ਨੀ ਬਚਾ ਇਹ ਸ਼ਰਿਆਮ ਜਿਹਾ ਟੁੱਟੀ ਜਾਂਦਾ ਆ ਗੁੱਜਰਪੁਰਾ ਤੁਸੀਂ ਮੇਰੇ ਤੋਂ ਵੱਧ ਸਿਆਣੇ ਹੋ ਗੁੱਜਰਪੁਰੇ ਦਾ ਇਕੱਲੇ ਇਕੱਲੇ ਘਰ ਮੇਰੇ ਨਾਲ ਸਵੇਰੇ ਚੱਲ ਜਾਓ 10 ਵਜੇ ਮੈਂ ਚੱਲਾਂਗਾ ਹਰ ਬੰਦਾ ਚੀਕਦਾ ਕਿ ਚਿੱਟੇ ਦਾ ਬਹੁਤ ਜ਼ਿਆਦਾ ਇੱਥੇ ਵਿਰੋਧ ਆ ਇਹਦੇ ਬੂਹੇ ਦੇ ਅੱਗੇ ਹੋਏ ਥਾਣੇ ਦੇ ਕੀ ਗੱਲ ਕਿਉਂ ਨੀ ਨਸ਼ੇ ਬੰਦ ਕਰਦਾ ਜੀ ਇਹ ਬੰਦਾ ਇਹ ਆਪਦੀ ਬਦਮਾਸ਼ੀ ਚਮਕਾਉਂਦਾ ਸੋ ਇਹੋ ਜਿਹੇ ਮੈਂ ਐਸਐਚਓ ਬਰਦਾਸ਼ਤ ਨਹੀਂ ਹੁਣ ਐਸਐਚਓ ਤੁਹਾਡੇ ਕੋਲ ਪਹੁੰਚੇ ਕੀ ਗੱਲਬਾਤ ਹੋਈ ਆ ਜੀ ਉਹ ਨਹੀਂ ਇਹੋ ਜਿਹੇ ਐਸਐਚਓ ਦੀ ਮੈਂ ਸੁਣਦਾ ਹੁੰਦਾ ਬੰਦਾ ਕੋਈ ਸੀਨੀਅਰ ਅਫਸਰ ਨਾਲ ਗੱਲ ਕਰੇ ਕੌਣ ਮੈਂ ਨਾਲ ਗੱਲ ਕਰਨਾ ਇਹਦੇ ਬਿਨਾਂ ਤੁਹਾਡੀ ਸਰਕਾਰ ਆ ਤੁਹਾਡੀ ਨਹੀਂ ਯਾਰ ਸਰਕਾਰ ਤੇ ਸਾਡੀ ਆ ਮੈਂ ਸਰਕਾਰ ਦੇ ਵੀ ਧਿਆਨ ਚ ਲਿਆਵਾਂਗਾ ਗੱਲ ਬਟ ਵੇਖੋ ਇੱਕ ਮੈਨੂੰ 9:30 ਵਜੇ ਫੋਨ ਆਉਂਦਾ ਮੈਂ 2 ਘੰਟੇ ਮੱਥਾ ਮਾਰਿਆ ਸਾਰੇ ਸੀਨੀਅਰ ਅਫਸਰਾਂ ਨਾਲ ਔਰ ਇਹ ਨਿੱਤ ਦਾ ਹੀ ਕੰਮ ਬਣ ਗਿਆ ਕਿ ਯਾਰ ਲੋਕਾਂ ਨਾਲ ਨਜਾਇਜ਼ ਨਜਾਇਜ਼ ਕੱਲ ਨੂੰ ਅਸੀਂ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਣੀਆਂ ਬਈ ਜਾਇਜ਼ ਹੋਵੇ ਤੁਸੀਂ ਕਰ ਦਿਓ ਅਸੀਂ ਨਹੀਂ ਮੰਨਣਾ ਅਸੀਂ ਨਹੀਂ ਕਰਾਂਗੇ ਤੁਹਾਨੂੰ ਪਰ ਯਾਰ ਇੱਕ ਪਟਾਕੇ ਵਿੱਚ ਇਹ ਵੀ ਗੁਨਾਹ ਹੋ ਗਿਆ ਯਾਰ ਆਪਦੀ ਕਿਰਤ ਕਰਨੀ ਵੀ ਗੁਨਾਹ ਹੋ ਗਈ ਆ ਇਸ ਬੰਦੇ ਨੇ ਤੇ ਕਮਾਲ ਕਰਕੇ ਰੱਖੀ ਐਸਐਚਓ ਨੇ ਜੇ ਉਹ 10,000 ਦੇ ਦਿੰਦੇ ਫੇਰ ਠੀਕ ਸੀਗਾ 10,000 ਨਹੀਂ ਦਿੱਤਾ ਤੇ ਚੁੱਕੇ ਨੂੰ ਲੈ ਗਿਆ ਵਾਲਾ ਚ ਦੇਦਾ ਕੁਲਵੀਰ ਜੀ ਗੱਲ ਉਹੀ ਹੈ ਮੈਂ ਤੇ ਘਰ ਲੰਮੇ ਪਿਆ ਸੀਗਾ ਮੈਂ ਤੇ ਆਮ ਪਬਲਿਕ ਦਾ ਕੀ ਹਾਲ ਹੁੰਦਾ ਉਹ ਚਲੋ ਬੜਾ ਕੁਝ ਹੋ ਰਿਹਾ ਜੀ ਐਸਐਚਓ ਬਦਲਾਵਾਂ ਬਾਕੀ ਜਿਹੜੇ ਘਰ ਦੇ ਵਿੱਚ ਲਾ ਕੇ ਤਿਆਰ ਕਰਦੇ ਪਏ ਨੇ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਮੈਂ ਤੈਨੂੰ ਕਿਹਾ ਹੁਣ ਅੰਦਰ ਵੜ ਗਿਆ ਥਾਣੇ ਮੈਂ ਚਲਾ ਚਲੀਏ ਉਹਦੇ ਆਣ ਗਵਾਰ ਚੱਲਦੇ ਜੇ ਨਾ ਨਿਕਲਣਗੇ ਪਟਾਕੇ ਤੇ ਕੁਲਵੀਰ ਸਿੰਘ ਪੋਲਿਟਿਕਸ ਛੱਡ ਦੇਗਾ ਅੰਦਰ ਵੜ ਗਿਆ ਭੱਜ ਕੇ ਜਾ ਕੇ ਬਦਮਾਸ਼ੀ ਕਰਦਾ ਐਸਐਚਓ ਮੈਂ ਇੱਥੇ ਬੈਠਾ ਮੈਂ ਇੱਥੇ ਭਾਵਾ ਸੌ ਜਾਣਾ ਮੈਂ ਸਵੇਰੇ ਜਿੰਨਾ ਚਿਰ ਇੱਥੇ ਮੇਰੇ ਨਾਲ ਕੋਈ ਸੀਨੀਅਰ ਅਫਸਰ ਆ ਕੇ ਗੱਲ ਨਹੀਂ ਕਰਦੇ ਨਹੀਂ ਜਾਂ ਮੇਰੇ ਤੇ ਪਰਚਾ ਦੇ ਦੇਣ ਜੇ ਮੈਂ ਗਲਤ ਆ ਇਹਨਾਂ ਸਾਡੇ ਸਾਰਿਆਂ ਦੇ ਪਰਚਾ ਦੇ ਦੇਣ ਤੇ ਜਾਂ ਇਹ ਗਲਤ ਹੈ ਤੈਨੂੰ ਬਦਲਣਾ ਇਥੋਂ ਠੀਕ ਹੈ ਇਹ ਥੋੜਾ ਜਿਹਾ ਦਸ ਦਾ ਕਰਦੀ ਆ ਟੱਪ ਮੰਗੀ ਜਾ ਦੇਖੋ ਸਾਡੀ ਕਿਸੇ ਨਾਲ ਕੋਈ ਜਾਤੀ ਲੜਾਈ ਨਹੀਂ ਮੈਨੂੰ ਤੇ ਕੋਈ ਵੀ ਬੰਦਾ ਕਹੂਗਾ ਮੇਰੇ ਨਾਲ ਧੱਕਾ ਹੁੰਦਾ ਤੇ ਮੈਂ ਇਹਦੀ ਸੁਣਵਾਈ ਕਰਨੀ ਜੀ ਬੱਗਰੀ ਪਰਿਵਾਰ ਸੀ ਪਟਾਕਿਆਂ ਦੀ ਦੁਕਾਨ ਸੀ ਔਰ ਉਹਨਾਂ ਕੱਲਿਆਂ ਦੀ ਨਹੀਂ ਅੱਜ ਦੀ ਤਰੀਕ 'ਚ ਨਗੜ ਹੋ ਗਿਆ ਗੁਜਰ ਪੂਗਾ ਹਜ਼ਾਰਾਂ ਘਰਾਂ ਦੇ ਵਿੱਚ ਪਟਾਕੇ ਬੰਦ ਆ ਪੁਲਿਸ ਨੂੰ ਪਤਾ ਸਾਰੇ ਪ੍ਰਸ਼ਾਸਨ ਨੂੰ ਔਰ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਕਿ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਹੈ ਤਾਂ ਸਵੇਰੇ ਸੌਰੀ ਫੀਲ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਕਰਾ ਦਾ ਬਟ ਇਹਨਾਂ ਨੇ ਉਹ ਤੋਂ ਬਾਅਦ ਵੀ ਉਹਨਾਂ ਨੂੰ ਲਿਆ ਕੇ ਹਵਾਲਾ 'ਚ ਦੇਤਾ ਮੈਂ ਇੱਥੇ ਆਇਆ ਮੈਨੂੰ ਨਹੀਂ ਪਤਾ ਮੈਂ ਕੋਈ ਮੇਰੀ ਮੈਂ ਤਾਂ ਸਾਰੀਆਂ ਬਰਾਦਰੀਆਂ ਦਾ ਸਤਿਕਾਰ ਕਰਦਾ ਕਿਉਂਕਿ ਅੱਜ ਇਹਨਾਂ ਨੇ ਐਸਐਚਓ ਸਾਹਿਬ ਇੱਥੇ ਬਰਾਦਰੀ ਸ਼ੁਭ ਬਣਾਤਾ ਕਿ ਮੈਂ ਆਪਦੀ ਬਰਾਦਰੀ ਦੇ ਬੰਦੇ ਸੱਦ ਲੈਣਾ ਤੇ ਇਹਨਾਂ ਨੇ ਸੱਦ ਲਏ ਮੈਨੂੰ ਉਸ ਗੱਲ ਨਾਲ 1 ਰੁਪਈਏ ਦਾ ਫਰਕ ਪੈਣ ਵਾਲਾ ਨਹੀਂ ਕਿਉਂਕਿ ਮੈਂ ਹੋ ਸਕਦਾ ਬਰਾਦਰੀ ਵਾਲਿਆਂ ਨਾਲੋਂ ਵੱਧ ਤੀਰਥ ਦਾ ਸਤਿਕਾਰ ਕਰਦਾ ਵਾਂ ਇਹ ਕੋਈ ਢੰਡੋਰਾ ਪਿੱਟਣ ਵਾਲੀ ਗੱਲ ਨਹੀਂ ਜਦੋਂ ਭਗਵਾਨ ਸ਼੍ਰੀ ਰਾਮ ਤੀਰਥ ਜੀ ਦਾ ਉੱਥੇ ਸਥਾਨ ਬਣ ਰਿਹਾ ਸੀਗਾ ਤੇ ਅਸੀਂ ਤੇ ਉੱਥੇ ਹਰ ਮਹੀਨੇ ਬਾਦਲ ਸਾਹਿਬ ਵੱਡਿਆਂ ਨੇ ਡਿਊਟੀ ਲਾਈ ਅਸੀਂ ਉੱਥੇ ਹਰ ਮਹੀਨੇ ਜਾ ਕੇ ਆਪ ਸੇਵਾ ਕਰਦੇ ਰਹੇ ਅੱਜ ਟਿੱਕਾ ਜੀ ਬੀਜੇਪੀ ਜੀ ਨੇ ਮੈਨੂੰ ਜਿਆਦਾ ਟਿੱਕਾ ਜੀ ਉਹਦੇ ਨਾਲ ਜਾਂਦੇ ਰਹੇ ਇਹ ਵੀ ਮੇਰੇ ਨਾਲ ਜਾਂਦੇ ਰਹੇ ਸੋ ਇਸ ਕਰਕੇ ਅਸੀਂ ਤੇ ਉਹ ਕੰਮ ਨੂੰ ਇਹ ਲੋਕ ਇਹਨਾਂ ਚੀਜ਼ਾਂ ਦੀ ਆੜ ਲੈ ਕੇ ਨਾ ਲੋਕਾਂ ਨੂੰ ਗਲਤ ਗਾਈਡ ਕਰਦੇ ਸੋ ਮੈਂ ਅੱਜ ਵੀ ਜਿੱਥੇ ਪਹਿਲਾਂ ਵੀ ਸਤਿਕਾਰ ਕਰਦਾ ਹਾਂ ਗਾਂ ਵੀ ਕਰਦਾ ਔਰ ਉਹ ਪਰਿਵਾਰ ਦੇ ਜੀ ਮੈਂ ਛਡਾਲੇ ਆ ਔਰ ਉਹਨਾਂ ਨੂੰ ਮੈਂ ਨਾਲ ਲੈ ਕੇ ਚੱਲਿਆ ਔਰ ਮੈਂ ਇਹਨਾਂ ਨੂੰ ਕਹਿਤਾ ਕਿ ਗਾਂ ਤੋਂ ਇਹੋ ਜਿਹੀ ਜਿਹੜਾ ਵੀ ਕੋਈ ਗਲਤੀ ਕਰੂਗਾ ਉਹ ਆਪ ਦੱਖ ਮੈਂ ਜਾਵਾਂ ਕੀ ਲੱਗਦਾ ਕਿ ਇਸ ਇਹਨੂੰ ਲੈ ਕੇ ਕੋਈ ਬੋਰਡ ਬਣਨਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਲਗਾਤਾਰ ਐਲੀਗੇਸ਼ਨ ਲਗਾ ਕੇ 10,000 ਰੁਪਏ ਦੀ ਡਿਮਾਂਡ ਕੀਤੀ ਸੀ ਦਿੱਤਾ ਗਿਆ ਉਹਨਾਂ ਦੇ ਘਰੋਂ ਸਾਨੂੰ ਫੋਨ ਆਇਆ ਕਿ ਇੱਕ ਅਰਜਿੰਦਰ ਸਿੰਘ ਜਾਂ ਪਰਜਿੰਦਰ ਸਿੰਘ ਨਾਂ ਦਾ ਐਸਐਚਓ ਸਾਹਿਬ ਦਾ ਜਿਹੜਾ ਗਨਮੈਨ ਆ ਉਹਨੇ ਪੈਸਿਆਂ ਦੀ ਡਿਮਾਂਡ ਕੀਤੀ ਤੇ ਅਸੀਂ ਨਹੀਂ ਦਿੱਤੇ ਔਰ ਜੋ ਜੋ ਗੱਲ ਮੈਂ ਐਸਪੀ ਸਾਹਿਬ ਨਾਲ ਕੀਤੀ ਉਹ ਹੋਈ ਉਹਦੀ ਫੈਮਿਲੀ ਨੇ ਮੈਨੂੰ ਗੱਲ ਦੱਸੀ ਇਟ ਮੀਨ ਗੱਲ ਹੋਈ ਆ ਤੇ ਉਹਨਾਂ ਤੋਂ ਗਈ ਨਾ ਉਹਨੇ ਜਦੋਂ ਦੱਸੀ ਤੇ ਫਿਰ ਮੈਂ ਐਸਪੀ ਵਿਸ਼ਾਲਜੀਤ ਸਿੰਘ ਉਹਨਾਂ ਨੂੰ ਕਾਲ ਕੀਤੀ ਮੈਂ ਭਾਜੀ ਤੁਸੀਂ ਗਲਤ ਕਰ ਰਹੇ ਹੋ ਮੇਰੀ ਮਜਬੂਰੀ ਨਾ ਬਣਾਓਗਾ ਮੈਂ ਥਾਣੇ ਦੇ ਬੂਹੇ ਅੱਗੇ ਧਰਨਾ ਦੇਵਾਂ ਔਰ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਮੈਂ ਸੌਰੀ ਫੀਲ ਕਰਦਾ ਜੇ ਕੋਈ ਬੰਦੇ ਨੇ ਗਲਤੀ ਕੀਤੀ ਹੈ ਗਰੀਬ ਬੰਦੇ ਆ ਵੇਖੋ ਅੱਜ ਦੀ ਤਰੀਕ 'ਚ ਭਾਜੀ ਇੱਥੇ ਮਠਿਆਈ ਵਾਲੇ ਨੇ ਵੀ ਆਪਦਾ ਬਾਹਰ ਬੈਂਚ ਲਾ ਕੇ ਮਠਿਆਈ ਵੇਚਣੀ ਹੈ ਇੱਥੇ ਪਟਾਕੇ ਵਾਲੇ ਨੇ ਵੀ ਆਪਦੇ ਬਾਹਰ ਲਾ ਕੇ ਪਟਾਕੇ ਯਾਰ ਆਪਾਂ ਇਹਨਾਂ ਨੂੰ ਗਰੀਬ ਬੰਦਾ ਜਿਹੜਾ ਕੋਈ ਮੈਨੂੰ ਲੱਗਦਾ ਜਿਹਨੇ ਕੇ ਪੈਸੇ ਮੰਗੀ ਜਾਂਦੇ ਇੰਨੀ ਤੇ ਉਹਨਾਂ ਨੂੰ ਇਨਕਮ ਹੀ ਨਹੀਂ ਹੋਣੀ ਵਿੱਚੋਂ ਇੰਨੀ ਤੇ ਉਹਨਾਂ ਨੂੰ ਬੱਚਤ ਹੀ ਨਹੀਂ ਆਉਣੀ ਤੇ ਸੋ ਇਸ ਕਰਕੇ ਇਹੋ ਜਿਹੇ ਗਰੀਬ ਬੰਦੇ ਦੀ ਕਿਉਂ ਹਾਲ ਲੈਂਦੇ ਹੋ ਮੈਂ ਤਾਂ ਜਾਪਦਾ ਫਰਜ਼ ਜਿਹੜਾ ਵਾਦਾ ਕੀਤਾ ਲੇਕਿਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਸੀ ਕਿ ਜ਼ੀਰੋ ਟੋਲਰੈਂਸ ਰੱਖੀ ਜਾਊਗੀ ਕਰਪਸ਼ਨ ਨੂੰ ਲੈ ਕੇ ਬਹੁਤ ਵੱਡੀ ਕਰਪਸ਼ਨ ਦਾ ਚਾਰਜਸ ਤੁਸੀਂ ਕਹਿ ਰਹੇ 10,000 ਰੁਪਏ ਕਿ ਮੁੱਖ ਮੰਤਰੀ ਸਾਹਿਬ ਤੱਕ ਬਹੁਤ ਕੁਝ ਚੱਲਦਾ ਬਹੁਤ ਕੁਝ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਓਗੇ ਬਿਲਕੁਲ ਪਹੁੰਚਾਵਾਂਗਾ ਜੀ ਮੈਂ ਮਿਲ ਕੇ ਗੱਲ ਕਰਕੇ